ਤਾਂ ਦੱਸਦੇ ਕਿ ਚੋਰੀ ਦੀ ਵੱਡੀ ਵਾਰਦਾਤ ਹੋਈ ਹੈ ਜਿੱਥੇ ਚੋਰਾਂ ਨੇ ਮੋਬਾਈਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਤੇ ਰਾਤ ਦੇ ਕਰੀਬ 2 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਇਹ ਦੁਕਾਨ 'ਚ ਹੀ ਵੜੇ ਰਹਿੰਦੇ ਨੇ ਅਤੇ ਦੁਕਾਨ ਦੇ ਵਿੱਚ ਪਈ ਮਹਿੰਗੇ ਮੋਬਾਈਲ ਫੋਨ ਅਤੇ ਲੈਪਟੋਪ ਲੈ ਕੇ ਫਰਾਰ ਹੋ ਜਾਂਦੇ ਨੇ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ। ਤਾਂ ਦੱਸਦੇ ਕਿ ਪੂਰਾ ਮਾਮਲਾ ਜੰਡਿਆਲਾ ਤੋਂ ਸਾਹਮਣੇ ਆਇਆ ਜਿੱਥੇ ਰਾਤ ਨੂੰ ਚੋਰ ਹਨੇਰੇ ਸਮੇਂ ਆਉਂਦੇ ਨੇ ਅਤੇ 2 ਵਜੇ ਤੋਂ ਲੈ ਕੇ 7 ਵਜੇ ਤੱਕ ਦੁਕਾਨ ਦੇ ਅੰਦਰ ਵੜ ਕੇ ਚੋਰੀ ਕਰਦੇ ਰਹਿੰਦੇ ਨੇ ਅਤੇ ਇਸ ਸਮੇਂ ਕਈ ਵਾਹਨ ਵੀ ਆਸ-ਪਾਸ ਲੰਘਦੇ ਨੇ ਪਰ ਕਿਸੇ ਨੂੰ ਵੀ ਇਹਨਾਂ ਦੀ ਚੋਰੀ ਦਾ ਸ਼ੱਕ ਨਹੀਂ ਹੁੰਦਾ। ਇਸੇ ਦੌਰਾਨ ਜਦ ਇੱਕ ਸ਼ਖਸ ਸਾਈਕਲ 'ਤੇ ਆਉਂਦਾ ਹੈ ਤਾਂ ਉਹਨਾਂ ਨੂੰ ਇਸ 'ਤੇ ਸ਼ੱਕ ਹੁੰਦਾ ਹੈ, ਜਿਸ ਤੋਂ ਬਾਅਦ ਉਹ ਸਾਈਕਲ ਨੂੰ ਸਾਈਡ 'ਤੇ ਲਗਾ ਕੇ ਜਦ ਦੇਖਦਾ ਹੈ ਤਾਂ ਉਸਨੂੰ ਚੋਰੀ ਦੀ ਵਾਰਦਾਤ ਦਾ ਪਤਾ ਲੱਗਦਾ ਹੈ, ਜਿਸ ਤੋਂ ਬਾਅਦ ਇਹ ਚੋਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸਦੇ ਕਿ ਇਹ ਵੱਡੀ ਵਾਰਦਾਤ ਜੰਡਿਆਲਾ ਦੇ ਵਿੱਚ ਹੋਈ ਹੈ ਜਿੱਥੇ ਚੋਰਾਂ ਦੇ ਵੱਲੋਂ ਇੱਕ ਮੋਬਾਈਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ। ਤਾਂ ਦੱਸਦੀ ਕਿ ਮੌਕੇ ਤੋਂ ਮੋਬਾਈਲ ਅਤੇ ਲੈਪਟੋਪ ਲੈ ਕੇ ਫਰਾਰ ਹੋ ਗਏ ਨੇ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਤਾਂ ਦੱਸਦੇ ਕਿ ਚੋਰੀ ਦੀ ਵੱਡੀ ਵਾਰਦਾਤ ਹੋਈ ਹੈ ਜਿੱਥੇ ਚੋਰਾਂ ਨੇ ਮੋਬਾਈਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਅਤੇ ਰਾਤ ਦੇ ਕਰੀਬ 2 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਇਹ ਦੁਕਾਨ 'ਚ ਹੀ ਵੜੇ ਰਹਿੰਦੇ ਨੇ ਅਤੇ ਦੁਕਾਨ ਦੇ ਵਿੱਚ ਪਈ ਮਹਿੰਗੇ ਮੋਬਾਈਲ ਫੋਨ ਅਤੇ ਲੈਪਟੋਪ ਲੈ ਕੇ ਫਰਾਰ ਹੋ ਜਾਂਦੇ ਨੇ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ। ਤਾਂ ਦੱਸਦੇ ਕਿ ਪੂਰਾ ਮਾਮਲਾ ਜੰਡਿਆਲਾ ਤੋਂ ਸਾਹਮਣੇ ਆਇਆ ਜਿੱਥੇ ਰਾਤ ਨੂੰ ਚੋਰ ਹਨੇਰੇ ਸਮੇਂ ਆਉਂਦੇ ਨੇ ਅਤੇ 2 ਵਜੇ ਤੋਂ ਲੈ ਕੇ 7 ਵਜੇ ਤੱਕ ਦੁਕਾਨ ਦੇ ਅੰਦਰ ਵੜ ਕੇ ਚੋਰੀ ਕਰਦੇ ਰਹਿੰਦੇ ਨੇ ਅਤੇ ਇਸ ਸਮੇਂ ਕਈ ਵਾਹਨ ਵੀ ਆਸ-ਪਾਸ ਲੰਘਦੇ ਨੇ ਪਰ ਕਿਸੇ ਨੂੰ ਵੀ ਇਹਨਾਂ ਦੀ ਚੋਰੀ ਦਾ ਸ਼ੱਕ ਨਹੀਂ ਹੁੰਦਾ। ਇਸੇ ਦੌਰਾਨ ਜਦ ਇੱਕ ਸ਼ਖਸ ਸਾਈਕਲ 'ਤੇ ਆਉਂਦਾ ਹੈ ਤਾਂ ਉਹਨਾਂ ਨੂੰ ਇਸ 'ਤੇ ਸ਼ੱਕ ਹੁੰਦਾ ਹੈ, ਜਿਸ ਤੋਂ ਬਾਅਦ ਉਹ ਸਾਈਕਲ ਨੂੰ ਸਾਈਡ 'ਤੇ ਲਗਾ ਕੇ ਜਦ ਦੇਖਦਾ ਹੈ ਤਾਂ ਉਸਨੂੰ ਚੋਰੀ ਦੀ ਵਾਰਦਾਤ ਦਾ ਪਤਾ ਲੱਗਦਾ ਹੈ, ਜਿਸ ਤੋਂ ਬਾਅਦ ਇਹ ਚੋਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸਦੇ ਕਿ ਇਹ ਵੱਡੀ ਵਾਰਦਾਤ ਜੰਡਿਆਲਾ ਦੇ ਵਿੱਚ ਹੋਈ ਹੈ ਜਿੱਥੇ ਚੋਰਾਂ ਦੇ ਵੱਲੋਂ ਇੱਕ ਮੋਬਾਈਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ। ਤਾਂ ਦੱਸਦੀ ਕਿ ਮੌਕੇ ਤੋਂ ਮੋਬਾਈਲ ਅਤੇ ਲੈਪਟੋਪ ਲੈ ਕੇ ਫਰਾਰ ਹੋ ਗਏ ਨੇ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ।